ਰੈਸਪੀ ਬਣਾਉਣੀ ਆ ਜਿਹੜਾ ਉਹ ਆਇਆ ਨਾ ਸੀ ਅੱਛਾ ਨਿਊਟਰਲ ਚ ਚੁੱਪ ਰਿਹਾ ਕਰੋ ਭਾਈ ਪਲੀਜ਼ ਇਨਗਰੀਡੀਐਂਟਸ ਪਤਾ ਲੱਗ ਹੀ ਗਏ ਹੋਣੇ ਬਹੁਤ ਜਿਆਦਾ ਭੇੜੇ ਆ ਖੂਨ ਜਿਹੜਾ ਤੂੰ ਸਵੇਰੇ ਕਰਾਉਂਦਾ ਪੈਣਾ ਕੱਲ ਅੱਛਾ ਮੇਰਾ ਇੱਕ ਖੂਨ ਮਾਫ ਹੋਵੇ ਤਾਂ ਮੈਂ ਐਡੀ ਨੂੰ ਮਾਰਦਾ ਕਿਉਂ ਸਪਨਾ ਹੁਣ ਮੇਰਾ ਵਾ ਪੋਲਾ ਜਾ ਕੁੱਤਾ ਭਾਈ ਪੋਲਾ ਕੁੱਤਾ ਭਰਾਵਾ ਉਹਦੇ ਚੱਕਰ ਚ ਇੱਕ ਮਾਸੂਮ ਇਨਸਾਨ ਮੇਰੇ ਕੋਲ ਮਰ ਜਾਣਾ ਸੀ ਹੁਣ ਉਹ ਕੀ ਹੋਇਆ ਸੋ ਗਾਇਜ਼ ਆਪਾਂ ਜਾ ਰਹੇ ਸੀਗੇ ਹੁਣੇ ਮਤਲਬ ਜੋ ਤੁਸੀਂ ਵਲੋਗ ਦੇ ਵਿੱਚ ਦੇਖਣਾ ਨਾ ਸਭ ਤੋਂ ਪਹਿਲਾਂ ਵੀਡੀਓ ਨੂੰ ਸਕਿੱਪ ਨਾ ਕਰੀ ਦੂਜੀ ਗੱਲ ਇਹ ਕਿ ਵੀਡੀਓ ਨੂੰ ਲਾਈਕ ਮੈਂ ਸ਼ੇਅਰ ਕਰ ਦਿਓ ਤੀਜੀ ਗੱਲ ਇਹ ਜਿਹੜੇ ਨਵੇਂ ਆ ਨਾ ਉਹ ਸਬਸਕ੍ਰਾਈਬ ਜ਼ਰੂਰ ਕਰੀਓ ਹੁਣ ਗੱਲ ਸ਼ੁਰੂ ਕਰਦੇ ਹਾਂ ਇਹ ਹੈਗੀ ਨੋਵਾ ਗੱਡੀ ਇੱਥੇ ਆਪਾਂ ਜਾ ਰਹੇ ਸੀਗੇ ਓਕੇ ਹਜੇ ਮੈਂ ਸੋਨਾ ਨੂੰ ਡ੍ਰੌਪ ਕੀਤਾ ਮੈਂ ਕਿਹਾ ਅੰਸ਼ੂ ਬਣਾਉਣਾ ਕੀ ਆ ਅੰਸ਼ੂ ਕਹਿੰਦਾ ਕਿ ਅੱਜ ਕੁਛ ਹੈਲਦੀ ਬਣਾਉਂਦੇ ਆ ਤੇ ਜੋ ਵੀ ਤੁਸੀਂ ਥੰਬਨੇਲ ਲੇਖ ਹੀ ਲਿਆਉਣਾ ਕੈਪਸ਼ਨ ਪੜ੍ਹ ਹੀ ਲਿਆਉਣਾ ਵਾ ਆਪਾਂ ਸਮਾਨ ਲੈਣ ਚਲੇ ਗਏ ਐਡੀ ਆਉਂਦਾ ਪਿਆ ਸੀਗਾ ਬੜੀ ਦੂਰੋਂ ਦੀ ਹਨੇਰੇ ਚੋਂ ਅੱਛਾ ਉਹਦੇ ਸੱਟ ਵੀ ਲੱਗੀ ਦੀ ਤੇ ਆਪਾਂ ਕਿਹਾ ਕਿ ਚੱਲ ਇਹਨੂੰ ਫਿਰ ਕੋਕੂ ਪਹਿਲਾਂ ਚੱਕਿਓ ਨਿੱਕੀ ਜੀ ਨਿੰਮ ਪਦੀਨੀ ਜੀ ਉਹਨੂੰ ਚੱਕਿਆ ਗੱਡੀ 'ਚ ਬਿਠਾਇਆ ਮੈਂ ਕਿਹਾ ਐਡੀ ਐਡੀ ਇਧਰਲੇ ਪਾਸੇਗਾ ਮੇਰਾ ਨਾ ਧਿਆਨ ਸਾਰਾ ਮੈਂ ਨਾ ਬਾਰੀ ਕਿਉਂਕਿ ਸੜਕ ਖਾਲੀ ਆ ਦੇਖੋ ਜਿੱਦਾਂ ਇੱਦਾਂ ਖਾਲੀ ਆ ਦੇਖ ਦਿਖਾ ਸੜਕ ਦਿਖਾ ਐ ਖਾਲੀ ਨੇ ਬਿਲਕੁਲ ਇੱਦਾਂ ਹੀ ਖਾਲੀ ਸੀਗੀ ਮੈਂ ਗੱਡੀ ਆਇਆ ਫੜੀ ਮੈਂ ਇੱਦਾਂ ਬੈਕ ਗੀਅਰ ਪਾਇਆ ਪਿੱਛੇ ਤਾਂ ਨਹੀਂ ਹੈਗਾ ਕੋਈ ਭਰਾਵਾ ਨਹੀਂ ਮੈਂ ਇੱਦਾਂ ਮੈਂ ਕਿਹਾ ਉਹ ਐਡੀ ਪਿੱਛੇ 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 ਫਿਰ ਮੈਂ ਕਿਹਾ ਜੇ ਤੇਜ਼ ਹੀ ਕਰ ਲੈਣਾ ਫਿਰ ਮੈਂ ਇੱਦਾਂ ਝਟਕਾ ਮਾਰਿਆ ਪਿੱਛੇ ਬੰਦਾ ਸੀਗਾ ਉਹਦਾ ਮੋਟਰਸਾਈਕਲ ਮੋਟਰਸਾਈਕਲ ਦਾ ਅਗਲਾ ਮਗਰਾਟ ਟੁੱਟ ਗਿਆ ਤੇ ਸਪਲੈਂਡਰ ਸੀਗਾ ਤੇ ਫਿਰ ਮੈਂ ਪਹਿਲਾਂ ਉਤਰਿਆ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਾਈ ਲੱਤ ਲੁੱਤ ਤੇ ਠੀਕ ਆ ਨਾ ਮਤਲਬ ਲੱਤ ਲੁੱਤ ਮੇਨ ਤਾਂ ਯਾਰ ਬੰਦੇ ਦਾ ਹੁੰਦਾ ਵਾ ਮੋਟਰਸਾਈਕਲ ਮਸ਼ੀਨਾਂ ਤੇ ਬਣ ਨਹੀਂ ਜਾਣੀਆਂ ਵਾ ਠੀਕ ਆ ਨਾ ਉਹਨੂੰ ਪੁੱਛਿਆ ਕਹਿੰਦਾ ਭਾਜੀ ਮੈਂ ਠੀਕ ਆ ਪਰ ਐਦਾ ਮਾੜਾ ਜਿਹਾ ਕਰ ਦਿਓ ਹੱਲ ਮੁੰਡਾ ਵੀ ਚਲੋ ਠੀਕ ਆ ਬੋਲਿਆ ਨੀ ਕੁਝ ਫਾਲਤੂ ਕਹਿੰਦਾ ਤੁਸੀਂ ਭਾਜੀ ਨੁਕਸਾਨ ਭਰ ਦਿਓ ਮਾੜਾ ਮੋਟਾ ਚਲੋ ਸਾਡੀ ਗੱਡੀ ਟੁੱਟੀ ਦੀ ਨਹੀਂ ਸੀ ਜੇ ਮੇਰੀ ਵੀ ਗੱਡੀ ਟੁੱਟੀ ਹੁੰਦੀ ਫਿਰ ਮੈਂ ਵੀ ਪੈਸੇ ਨਹੀਂ ਦੇਣੇ ਸੀਗੇ ਫਿਰ ਮੈਂ ਉਹਨੂੰ 200 ਰੁਪਇਆ ਗੂਗਲ ਪੇ ਕਰਤਾ ਸੋਰੀ 250 ਕਰਤਾ 250 ਗੂਗਲ ਪੇ ਕਰਤੇ ਉਹੀ 250 ਦਾ ਜੋ ਵੀ ਆਪਾਂ ਰੈਸਪੀ ਬਣਾਉਣੀ ਆ ਜਿਹੜਾ ਉਹ ਆਇਆ ਨਾ ਸੀ ਪਰ ਨੁਕਸਾਨ ਹੋ ਗਿਆ ਗਾਈਸ ਚਲੋ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਜੇ ਗੱਡੀਆਂ ਵਗੈਰਾ ਚਲਾਉਣੀਆਂ ਤੇ ਸ਼ਹਿਰ 'ਚ ਚਲਾਉਣੀਆਂ ਤੇ ਲੱਗਦੀਆਂ ਬੰਦੀਆਂ ਰਹਿੰਦੀਆਂ ਸੋ ਗਾਈਸ ਅੱਜ ਹੈਗੀ ਆ ਬਹੁਤ ਹੀ ਜ਼ਿਆਦਾ ਹੈਲਦੀ ਰੈਸਪੀ ਭਾਈ ਕੀ ਬਣਾਉਣ ਲੱਗੇ ਅੱਜ ਆਪਾਂ ਅੱਜ ਬਣਾਵਾਂਗੇ ਯਾਰ ਯਾਰ ਉਹ ਗੇਮ ਨਹੀਂ ਖੇਡਦੇ ਹੁੰਦੇ ਸੀ ਆਪਾਂ ਉਹ ਬਣਾਉਣ ਲੱਗੇ ਆਪਾਂ ਜੀ ਉਹੀ ਕਿਹੜੀ ਉਹੀ ਕਿਹੜੀ ਯਾਰ ਸਬ ਤੇ ਇੱਕ ਸਬ ਵੇ ਹੁੰਦਾ ਸੀ ਹਨਾ ਸਬਵੇ ਸਫਰ ਹਨਾ ਉੱਤੇ ਇੱਕ ਮੈਚ ਕਰੋ ਸਬਵੇ ਅੰਕਲ ਕੋ ਚਲਦੇ ਕਿਉਂਕਿ ਦੁਕਾਨ ਹੋਈ ਨੀ ਬੰਦ ਹੁਣ ਆਪਾਂ ਸ਼ੋਪ ਤੇ ਆ ਚੁੱਕੇ ਤੁਹਾਨੂੰ ਪਤਾ ਕਿ ਆਪਾਂ ਅੰਕਲ ਦੀ ਸ਼ੋਪ ਤੇ ਆਉਂਦੇ ਹਮੇਸ਼ਾ ਜਦੋਂ ਵੀ ਕੋਈ ਬੇਕਰੀ ਦਾ ਸਮਾਨ ਲੈਣਾ ਹੁੰਦਾ ਇੱਕ ਹੀ ਸ਼ੋਪ ਬ੍ਰੈਡ ਜੋ ਜੋ ਚਾਹੀਦਾ ਕੁਲਚੇ ਬਣਾਉਂਦੇ ਆ ਅੱਛਾ ਅੱਛਾ
ਨਿਊਟਰਲ ਚ ਚੁੱਪ ਰਿਹਾ ਕਰੋ ਭਾਜੀ ਪਲੀਜ਼। ਅੰਕਲ ਸਾਨੂੰ ਸਬਵੇ ਵਾਲੀ ਬ੍ਰੈਡ ਦੋ, ਐਦਾਂ ਦੀ ਭਾਜੀ ਇਹ ਵਾਲੀ ਮਲਟੀਗ੍ਰੇਨ ਵਾਲੀ। ਹਾਂ ਮਲਟੀਗ੍ਰੇਨ ਅੰਕਲ, ਮਲਟੀਗ੍ਰੇਨ ਬ੍ਰੈਡ ਦੇਇਓ ਦੋ ਬ੍ਰੈਡ ਅੰਕਲ ਜੀ ਫਟਾਫਟ। ਦੋ ਬ੍ਰੈਡ ਦੋ ਦੇ ਦੋ, ਨੈਸਕਾਫੇ ਦੀਆਂ ਦੋ ਕਾਫੀਆਂ ਦੇ ਨਾਲ ਵਾਲਾ ਖਾਣਾ ਮਲਟੀਗ੍ਰੇਨ। ਨਹੀਂ ਨਹੀਂ ਬ੍ਰੈਡ ਉਹ ਚਾਹੀਦੀ ਸਾਨੂੰ ਯਾਰ, ਬ੍ਰੈਡ ਛੋਟੀ ਨਹੀਂ ਵੱਡੀ ਵਾਲੀ ਨਹੀਂ ਆਪਣੇ ਵਾ, ਵੱਡੇ ਨਹੀਂ ਵੱਡੇ ਸਭ ਫਿਰ ਉਹ ਗਾਰਲਿਕ ਸਭ। ਹਾਂ ਉਹ ਦੋ, ਹਾਂ ਇਹ ਦੇਖੋ ਇਹ ਆ ਮੈਂ ਆ ਭਾਈ ਦੋ ਜਾਂ ਚਾਰ ਚਾਰ। ਅੰਕਲ ਦੇਖੋ ਆਪਾਂ ਆਪਣਾ ਹੈਗਾ ਪਿਆਰ, ਮੈਂ ਮਰੀਨ ਬ੍ਰੈਡ ਕਹਿੰਦੇ ਯਾਰ, ਇਹ ਤਿੰਨੋਂ ਚੀਜ਼ਾਂ ਇੱਕ ਦੋ ਤਿੰਨ ਚ ਪਾ ਕੇ ਨਾ ਉਹਨੂੰ ਮਿਕਸ ਕਰੋ ਅੰਦਰ ਫਟਾਫਟ। ਓਕੇ ਸੋ ਗਾਈਸ, ਇਨਗਰੀਡੀਐਂਟਸ ਪਤਾ ਲੱਗ ਹੀ ਗਏ ਹੋਣੇ ਆ। ਸਭ ਤੋਂ ਪਹਿਲਾਂ ਆਪਾਂ ਪਾਈ ਹੈ ਮਿਊਨੀ ਪਾਸਤਾ ਸੌਸ ਐ ਵਾਲੀ, ਇਹ ਪਤਾ ਨਹੀਂ ਕਿਹੜੀ ਇਹ ਸੌਸ, ਤੇ ਉਸ ਤੋਂ ਬਾਅਦ ਪਾਵੇ ਪੈਰੀ 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 ਜੋ ਜਾਣ ਪਾਣੀ ਨਾ ਕਿਸੇ ਨੇ ਨਹੀਂ ਪਾਣੀ। ਚਲੋ ਮਿਕਸ ਕਰੋ ਨਾ, ਬਾਕੀ ਇਹੀ ਇਨਗਰੀਡੀਐਂਟਸ ਹੈ ਠੀਕ ਹੈ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਸ਼ਾਬਾਸ਼ ਸ਼ਾਬਾਸ਼ ਹੈ ਹੈ ਚਟਾ ਚਟਾ ਮਿਕਸ। ਅਰੇ ਖਰਾਬ ਨਾ ਹੋ ਜਾਏ ਇਸ ਕਰਕੇ ਹੁਣ ਮੈਨੂੰ ਥੋੜਾ ਜਿਹਾ ਚੱਜਣਾ ਤੇ ਉਧਰ ਸਾਰੇ ਇਨਗਰੀਡੀਐਂਟਸ ਦੱਸ ਦੇਣਾ ਠੀਕ ਹੈ। ਹੁਣ ਆਪਾਂ ਕੁਛ ਨੀ ਕਰਨਾ, ਇਹ ਥੋੜਾ ਅਨਹੈਲਦੀ ਵੀ ਤੇ ਚਾਹੀਦਾ ਨਾ ਯਾਰ। ਅੰਜੂ ਯਾਰ ਹੈਲਦੀ ਖਾਇਆ ਕਰੀ ਯਾਰ। ਪਲੀਜ਼ ਇਹ ਆਪਾਂ ਵੀ ਮਤਲਬ ਦੱਸਦਾ ਕੀ ਕਰਨਾ। ਸੋ ਹੁਣ ਮੈਂ ਫਟਾਫਟ ਇਹ ਕੱਢਣਾ, ਤੇ ਟਾਈਮ ਲੈ ਦੇਖੋ। ਜਿਹੜੀ ਰੈਸਪੀ ਹੈਗੀ ਹੈ ਬਿਲਕੁਲ ਛੋਟੀ ਹੈ, ਹੈਲਦੀ ਹੈ ਤੇ ਬਹੁਤ ਵਧੀਆ। ਸੋ ਅੱਜ ਸਾਡੇ ਘਰ ਨਾ ਪਨੀਰ ਥੋੜਾ ਜਿਹਾ ਘੱਟ ਸੀਗਾ, ਤੇ ਇਸ ਕਰਕੇ ਮੈਂ ਪਨੀਰ ਜਿੰਨਾ ਸੀਗਾ ਨਾ ਮੈਂ ਸਾਰਾ ਸਮੈਸ਼ ਕਰਤਾ। ਇਹਦੇ ਵਿੱਚ ਤੁਸੀਂ ਸੋਸਿਸ ਵਗੈਰਾ ਦੇਖ ਲਈ ਹੈ, ਪਲੱਸ ਮੈਂ ਪੈਰੀ ਪੈਰੀ ਮਸਾਲਾ ਥੋੜਾ ਐਕਸਟ੍ਰੀਮ ਟੇਸਟ ਲਈ ਮੈਂ ਉਹਨੂੰ ਮਿਕਸ ਕਰਤਾ ਵਾ। ਸੋ ਇਹਨੂੰ ਮੈਂ ਸਾਰਾ ਸਮੈਸ਼ ਕਰਤਾ ਵਾ ਠੀਕ ਹੈ। ਤੁਸੀਂ ਮੇਰੇ ਹੱਥ ਵੀ ਦੇਖ ਸਕਦੇ ਹੋ ਤੇ ਇੱਥੇ ਅੰਸ਼ੂ ਨੇ ਸਾਰੀ ਵੈਜੀਜ਼ ਵਗੈਰਾ ਕੱਢ ਲਈ, ਸ਼ਿਮਲਾ ਮਿਰਚ ਪੱਤਾ ਗੋਭੀ ਤੇ ਹੋਰ ਕਿਹੜੀ ਹੈ ਤੀਜੀ? ਟਮਾਟਰ ਪਿਆਜ਼ ਦੇਖ ਲਾ ਜਿੱਦਾਂ ਵੀ। ਸੋ ਗਾਈਸ ਮੇਨ ਜਿੱਦਾਂ ਅਸਲੀ ਸਬਵੇ ਰੈਡੀ ਹੁੰਦਾ ਨਾ, ਆਪਾਂ ਵੀ ਸੇਮ ਉਦਾਂ ਹੀ ਕਰਨ ਦੀ ਪੂਰੀ ਟਰਾਈ ਕਰਨੀ ਹੈ। ਬਾਕੀ ਹੈਲਦੀ ਹੈ, ਕਰੀਮਾਂ ਵਗੈਰਾ ਠੀਕ ਆ, ਬਟ ਇੰਨੀ ਯਾਰ ਖਾਣੀ ਜਾਇਜ਼ ਹੈ। ਅਗਰ ਤੁਸੀਂ ਇੰਨੀ ਵੀ ਨਹੀਂ ਖਾਓਗੇ ਤੇ ਫਿਰ ਤੁਹਾਡਾ ਦੁਨੀਆ ਤੇ ਆਏ ਦਾ ਕੀ ਫਾਇਦਾ ਰਾਈਟ। ਸੋ ਹੁਣ ਸਾਰੀ ਵੈਜੀਜ਼ ਵਗੈਰਾ ਕੱਟ ਲੈਂਦੇ ਹਾਂ ਫਿਰ ਤੁਹਾਨੂੰ ਸਵਾਦ ਕੀ ਆਣਾ। ਹੈ ਸਵਾਦ ਹੀ ਨਹੀਂ ਆਣਾ ਤੇ ਸੱਦੇ ਦਾ ਰਾਈਟ ਹੈ। ਦੇਖੋ ਆ ਚਲੋ ਚਾਕੂ ਚਾ ਗਰਮੀਆਂ ਸੋ ਗਾਈਸ ਐਵੀ ਵਾਸਤੇ ਰੈਡੀ ਹੋ ਗਿਆ ਠੀਕ ਹੈ। ਹੈਲਦੀ ਪਾਣਾ ਓਪਸ਼ਨਲ ਹੈ, ਪਾ ਸਕਦੇ ਨਹੀਂ ਪਾਣਾ ਮਰਜ਼ੀ ਤੁਹਾਡੀ। ਉਸ ਤੋਂ ਬਾਅਦ ਆਪਾਂ ਸੋਸਿਸ ਐਡ ਕਰਨੀਆਂ ਵਾ, ਵੈਜੀਜ਼ ਐਡ ਕਰਨੀਆਂ ਵਾ, ਪਨੀਰ ਐਡ ਕਰਨਾ ਸਾਡਾ ਸਭੇ ਤਿਆਰ। ਵਾਓ ਅੱਛਾ, ਇੱਕ ਮਿੰਟ ਤੇ ਹੋਣਾ ਵਾ। ਨਹੀਂ ਭਾਈ ਕੱਢ ਦੇ ਜਦੋਂ ਨਿਕਲ ਗਿਆ। ਓਕੇ ਵੈਸੇ ਤਾਂ ਮੰਮੀ ਹੋਣਾ ਨੇ ਵੀ ਖਾਈ ਲੈਣਾ, ਹੈਲਦੀ ਜਿਹਾ ਬਣਾ ਦੇ ਹੋਣਾ। ਮੰਮੀ ਲਈ ਮੰਮੀ ਚ ਚੀਜ਼ ਨਹੀਂ ਪਾਵਾਂਗੇ ਨਾ। ਸ਼ੁਰੂ ਕਰੋ ਮੰਮੀ ਦੇ ਜਾਦੂ ਦਾ, ਤੁਸੀਂ ਵਧੀਆ ਜਿਹਾ ਬਣਾ ਕੇ ਦੋ ਉਹਨਾਂ ਨੂੰ ਫਟਾਫਟ ਟਾਈਮ ਲਾ ਦੋ। ਟਾਈਮ ਲਾਵਾ ਤੂੰ ਲਾਣ ਲੱਗਾ ਵਾ, ਪਰ ਉਦਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਫਿਰ ਮੈਂ ਪਾਇਆ ਕੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹ ਸੌਸ ਐਡ ਕੀਤੀ, ਬਿਲਕੁਲ ਥੋੜ੍ਹੀ ਜਿਹੀ ਫੋਰ ਟੇਸਟ ਹੈ, ਤੁਸੀਂ ਦੇਖ ਸਕਦੇ ਬ੍ਰੈਡ ਦੇ ਵਿੱਚ ਮੈਂ ਚੰਗੀ ਤਰ੍ਹਾਂ ਸਪਰੈਡ ਵੀ ਨਹੀਂ ਕੀਤੀ, ਉਹਦੇ ਉੱਤੇ ਮੈਂ ਪਾਇਆ ਪੈਰੀ ਮਸਾਲਾ ਠੀਕ ਹੈ। ਹੁਣ ਆਪਾਂ ਪਾਵਾਂਗੇ ਸਭ ਤੋਂ ਪਹਿਲੀ ਪੱਤਾ ਗੋਭੀ। ਪੱਤਾ ਗੋਭੀ ਰਾਈਟ, ਉਹ ਵਧੀਆ ਵੈਜੀ ਹੈ। ਉਸ ਤੋਂ ਬਾਅਦ ਆਪਾਂ ਕਰਾਂਗੇ ਉੱਪਰ ਟਮੈਟੋ ਹੈ। ਓਕੇ ਟਮੈਟੋ ਆਪਾਂ ਬਿਲਕੁਲ ਇਹ ਚ ਤਾਂ ਘੱਟ ਪਾਇਆ ਕਿਉਂਕਿ ਮੰਮੀ ਟਮਾਟਰ ਘੱਟ ਖਾਂਦੇ ਆ। ਫਿਰ ਉਸ ਤੋਂ ਬਾਅਦ ਆ ਜਾਂਦਾ ਸਾਡਾ ਪਨੀਰ। ਪਨੀਰ ਇਹ ਦੇਖੋ ਇਹ ਏਦਾਂ ਭਾਈ, ਆਪਾਂ ਬਾਕੀਆਂ ਚ ਵਾਣਾ, ਤੁਸੀਂ ਮੰਮੀ ਨੂੰ ਸਭ ਕੁਝ ਦੇ ਦੇਣਾ ਭਰਾਵਾ। ਮੇਰੀ ਮਾਂ ਸਬਸੇ ਉੱਪਰ ਠੀਕ ਹੈ। ਹੁਣ ਆਪਾਂ ਦੇਖੀਏ ਸਾਡਾ ਪਿਘਲ ਗਿਆ ਕਿ ਨਹੀਂ ਪਿਘਲੇ। ਮੈਲਟ ਤੇ ਹੋ ਗਿਆ, ਚਲੋ ਥੋੜਾ ਕਰ ਲਈ ਨਹੀਂ ਠੀਕ ਹੈ ਨਾ ਯਾਰ, ਹੋ ਗਿਆ ਮੈਲਟ।
ਭਾਜੀ ਇਹ ਵੀ ਰੈਡੀ ਕਰ ਦੋ ਫਟਾਫਟ। ਓਕੇ ਠੀਕ ਹੈ, ਇਸ ਦੇ ਉੱਤੇ ਆਪਾਂ ਸਭ ਤੋਂ ਪਹਿਲਾਂ ਪਿਆਰੀ ਪਿਆਰੀ ਮਸਾਲਾ ਐਡ ਕਰਾਂਗੇ। ਅਰੇ ਵਾਹ ਭਾਈ, ਤੁਸੀਂ ਸਿੱਖ ਗਏ ਵਾ ਇਹ ਕੰਮ ਯਾਰ। ਅੰਸ਼ ਮੈਂ ਪਦਾਇਸ਼ੀ ਇਹੀ ਕੰਮ ਕੀਤਾ ਵਾ। ਅੱਛਾ ਅੱਛਾ, ਵਾਹ ਵਾਹ, ਕੀ ਬਾਤ ਹੈ। ਅੱਛਾ ਇਹ ਤੇ ਆਪਾਂ ਤੇਲੀ ਬਣਾਉਣਾ ਹੈ। ਮੈਂ ਤੇ ਉਹਦਾ ਖਾਣਾ ਆਪਣਾ ਸਪੈਸ਼ਲ, ਪਤਾ ਦੱਸਦਾ ਕੀ ਬਣਾਉਣਾ ਸਪੈਸ਼ਲ ਮੈਂ। ਓਕੇ, ਇਹ ਮੈਂ ਇੱਕ ਹੋਰ ਬਣ ਜੂਗਾ ਇਹਦਾ। ਅੱਛਾ ਭਾਈ, ਇਹ ਤੇ ਵੈਜਸ ਪਾਓ ਥੋੜਾ ਜਿਹਾ ਉੱਤੇ, ਹੋਰ ਪਤਾ ਮੈਨੂੰ ਜਾਣ। ਸ਼ਿਮਲਾ ਮਿਰਚ। ਬਾਬੀ, ਆਰ ਯੂ ਰੈਡੀ ਟੂ ਈਟ ਸਬਵੇ? ਚੱਕੋ ਹਲਕੀ ਬਾਈ, ਹਿਸਾਬ ਜਿਹਾ ਬਾਈ, ਫਟਾਫਟ ਬਾਹਰ ਆ ਜਾਂਦੀ ਹੈ, ਬੜੀ ਕੁੱਟੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਮੁੰਡੇ ਸਿੱਖ ਗਏ ਹੋ, ਸਿੱਖ ਗਏ ਹੋ। ਆਪਾਂ ਲਾਲ, ਵੈਸੇ ਤਾਂ ਮਿਊਨੀਜ਼ ਐਡ ਕਰਨੀ ਨਹੀਂ ਚਾਹੀਦੀ ਪਰ ਹਲਕੀ ਜੀ, ਹਲਕੀ ਜੀ ਫੋਰ ਆ ਟੇਸਟ ਹਨਾ। ਇਹ ਸਿੱਧੀ ਆਂਦੋ ਲੈਣ, ਬਸ ਇੰਨੀ ਇੰਨੀ ਠੀਕ ਹੈ, ਥੋੜੀ ਅੱਗੇ। ਚਲੋ ਡਨ ਕਰੋ, ਹੁਣ ਇਹਨੂੰ ਕਰੋ ਬੰਦ, ਰੈਡੀ ਹੋ ਚੁੱਕਿਆ। ਹੁਣ ਆਪਾਂ ਚੱਲੇ ਆ ਮੰਮੀ ਕੋਲ ਟੇਸਟ ਕਰਾਉਣ। ਮੰਮੀ ਮੰਮੀ ਕਿੱਥੇ? ਸੋ ਗਾਇਜ਼ ਹੁਣ 15 ਆ ਚੁੱਕਿਆ ਮੰਮੀ ਲਈ ਸਬਵੇ ਲੈ ਕੇ। ਮੰਮੀ ਕੋਈ ਫਾਲਤੂ ਨੀ ਪਿਆ, ਅੱਛਾ ਪਨੀਰ, ਹਾਂਜੀ ਮੈਂ ਬਣਾਇਆ ਪਨੀਰ ਪਿਆ ਤੇ ਸਬਜ਼ੀਆਂ ਪਈਆਂ ਮੈਂ ਬਣਾਇਆ ਬਾਈ। ਕਿਉਂ ਝੂਠਾ ਨਾ ਮੈਂ ਪੂਰਾ, ਮੈਂ ਬਿਲਕੁਲ ਹੈਲਦੀ ਤੇ ਵੈਜਿਸ ਦੇ ਨਾਲ ਭਰਪੂਰ ਮਾਤਰਾ ਦੇ ਨਾਲ ਪ੍ਰੋਟੀਨ ਦੇ ਨਾਲ ਤੁਹਾਡੇ ਲਈ ਆਇਆ ਹਾਂ। ਇਹਦੇ ਵਿੱਚ ਕੋਈ ਕ੍ਰੀਮ ਵਗੈਰਾ ਕੁਝ ਨਹੀਂ ਪਾਇਆ, ਜਸਟ ਫੋਰ ਟੇਸਟ ਬਿਲਕੁਲ ਥੋੜੀ ਜੀ। ਸੱਚੀ ਵੀ ਆਪੇ ਬਣਾਇਆ? ਆਹੋ, ਕੀ ਬਾਤ ਹੈ ਮੰਮੀ, ਖਾਓ ਖਾਓ। ਬਿਲਕੁਲ ਹੈਲਦੀ ਬਣਾਇਆ ਮੈਂ, ਵੈਜਿਸ ਦੇ ਵਿੱਚ ਪਨੀਰ ਹੈ, ਖਾਓ ਖਾਓ ਤੇ ਗੁੱਡ ਮਾਤਰਾ ਦੇ ਵਿੱਚ, ਇਸ ਦੇ ਵਿੱਚ ਪ੍ਰੋਟੀਨ ਤੇ ਫਾਈਬਰ ਮਿਲੂਗਾ ਤੁਹਾਨੂੰ। ਖਾਓ ਮੇਰਾ ਫੇਵਰਟ ਚੀਜ਼। ਇਹ ਤੂੰ ਹੀ ਹੁਣ ਸਮਾਨ ਲੈ ਕੇ ਆਈ? ਆਹੋ ਯੈਸ ਮੈਮ। ਸਭੇ ਦਾ ਕੰਮ ਖੋਲੀਏ ਫਿਰ, ਕਰ ਲੈ ਕੰਮ, ਕਿਚਨ ਦੀ ਸਫਾਈ ਹੋ ਗਈ ਹੈ, ਕਰਾਉਂਡ ਕਿਚਨ ਖੋਲ ਲੈ। ਟੇਸਟ ਦੱਸੋ ਕਿਦਾਂ ਦਾ? ਜਦੋਂ ਤੇਰੇ ਹੱਥ ਚ ਸਵਾਦ ਆ ਨਾ, ਤੇਰੇ ਫੈਨ ਹੋਏ ਨਾ, ਜਨੇ ਕੋ ਤੇਰਾ ਤਾਂ ਖਾ ਲਿਆ। ਟੇਸਟ ਕਿਦਾਂ ਦਾ ਦੱਸੋ? ਬਹੁਤ ਔਸਮ, ਬਹੁਤ ਔਸਮ ਹੈ। ਇੱਕ ਬਾਈਟ ਹੋ ਲਓ ਫਿਰ, ਪਨੀਰ ਨਹੀਂ ਹੋਊਗੀ ਤੁਹਾਡਾ ਹੀ ਹੈ ਪੂਰਾ ਹੈਲਦੀ। ਬੁਬਲੀ ਵੀ ਬਣਾਇਆ, ਬੁਬਲੀ ਆਪਾਂ ਮੈਂ ਲੈ ਕੇ ਆਇਆ, ਦੂਜਾ ਭਾਬੀ ਤੁਹਾਡੇ ਲਈ ਵੀ ਲੈ ਕੇ ਆਇਆ ਮੈਂ। ਇਹ ਮਲਟੀਗ੍ਰੇਨ ਬ੍ਰੈਡ ਹੀ ਲਾ ਲਓ ਇੱਕ ਹਿਸਾਬ ਦੀ। ਖਾਣਾ ਫੈਨ ਵੀ ਲਾ ਦਿੰਦਾ, ਲਓ ਬਾਊ ਜੀ ਏਸੀ ਲਾ ਦਾ ਤੁਹਾਡੇ ਲਈ ਖਾਣਾ। ਕਿਉਂ ਸੋ ਕੇ ਉੱਠੀ ਹੈ ਗਾਈਸ? ਸੁੱਤੇ ਉੱਠੀ ਹੈ ਭਾਬੀ, ਟੇਸਟ ਕਰੋ। ਯੰਮੀ ਯੰਮੀ ਹੈ, ਫਲੇਵਰਫੁਲ। ਚਲੋ ਭਾਈ ਅਗਲਾ ਬਣਾਈਏ ਫੋਰ ਯੂ ਬੇਬੀ। ਪੂਰਾ ਦੇ ਕਰੀਮਾ ਸ਼ਰੀਮਾ ਨਾਲ ਪਾ ਕੇ ਲੋਡਡ ਆ ਤੇਰੀ ਕਾਫੀ ਨਾਲ, ਆ ਚੱਕ ਪਰੌਂਠਾ। ਉਹ ਪਰੌਂਠਾ ਭਾਬੀ ਕਰੋ ਟੇਸਟ, ਤੁਹਾਡਾ ਵੀ ਓਕੇ ਰਿਪੋਰਟ ਬਣਿਆ ਹੋਣਾ। ਤੁਹਾਡੇ ਚ ਮੈਂ ਚੀਜ਼ ਵੀ ਪਾਇਆ ਸੱਚ, ਮਤਲਬ ਤੇਰੇ ਲਈ ਤਾਂ ਜਾਣ, ਤੈਨੂੰ ਪਤਾ ਨਾ ਤੂੰ ਵੈਲਕਮ ਪਾਪਾ ਬਾਬਾ ਬਾਬਾ, ਖਾਣਾ ਖਾਣਾ, ਓਵਰ ਐਕਟਿੰਗ ਨਹੀਂ ਕਰਨੀ। ਮੂੰਹ ਵੱਡਾ ਖੋਲੋ, ਮੂੰਹ ਵੱਡਾ ਖੋਲੋ। ਗੁੱਡ ਵਨ, ਥੋੜੀ ਜਿਹੀ ਕਰੀਮ ਲੱਗੀ, ਕੁਝ ਨਹੀਂ ਹੁੰਦਾ, ਚਲਦਾ ਹੈ, ਟੇਸਟੀ ਹੈ, ਯੰਮੀ ਹੈ। ਸਾਰੀ ਪਲੇਟ ਲੈ ਜਾ, ਚਲ ਬਾਏ। ਚਲੋ ਭਾਈ ਆਪਾਂ ਹੁਣ ਆਪਣਾ ਆਪਣਾ ਬਣਾਈਏ ਫਟਾਫਟ। ਸੋ ਗਾਇਸ ਹੁਣ ਆਪਾਂ ਆਪਣਾ ਰੈਡੀ ਭਾਈ, ਉਹ ਚੋ ਤੁਹਾਡੇ ਚ ਆਏ ਨਾ ਪਨੀਰ, ਇਹ ਪਾਓ, ਇਹ ਮਸਾਲੇ ਚ ਪਾਓ, ਇਹ ਕੀ ਹੈ, ਇਹ ਚ ਪਾਓ ਤੁਸੀਂ। ਓਏ ਅੰਚੂ, ਇਹ ਜ਼ਹਿਰ ਨਾ ਕਰ ਭਾਈ, ਲਾਸਟ ਟਾਈਮ ਪੱਕਾ, ਫਿਰ ਅੱਗੇ ਤੋਂ ਬੰਦ ਕਰ ਦਾਂਗਾ। ਕਿ ਰਿਸਕ ਲੈਣਾ ਤੁਸੀਂ ਭਰਾਵਾ? ਇਹ ਬੜੀ ਮਿਰਚ ਹੁੰਦੀ ਹੈ, ਜੇ ਮੈਂ ਕਦੀ ਵੀ ਨਾ ਦਵਾਂ ਰਿਸਕ। ਚਲੋ ਖੁੱਲ ਗਿਆ, ਉਹ ਦੇਖ ਤੇਲ ਜਾ, ਉਹ ਦੇਖ
ਚਲੋ ਸ਼ਾਬਾਸ਼, ਮੈਂ ਅਗਲਾ ਕੱਢਾ ਭਾਈ, ਇਹਨੂੰ ਬਣਾਓ ਫਟਾਫਟ, ਠੀਕ ਹੈ, ਇਹਨੂੰ ਮਿਕਸ ਕਰ ਦਿਓ ਅਤੇ ਮੰਦਰ ਨੂੰ ਸੈਂਡਵਿਚ ਵੱਢ ਕੇ ਗਰਮ ਕਰੋ ਉਹਨੂੰ। ਸੋ ਗਾਈਸ, ਸੋਨਾ ਨੂੰ ਅਤੇ ਮੰਮੀ ਨੂੰ ਹੈਲਦੀ ਹੈਲਦੀ ਦੇ ਕੇ, ਮਤਲਬ ਸੋਨਾ ਤਾਂ ਨਾ ਹੈਲਦੀ ਸੀਗੀ, ਮੰਮੀ ਤਾਂ ਹੈਲਦੀ ਸੀਗੀ, ਤਾਂ ਇਹ ਹੁਣ ਕਿਹਦਾ ਬਣ ਰਿਹਾ? ਇਹ ਲੋੜ ਅੰਸ਼ੂ ਦਾ ਬਣ ਰਿਹਾ ਤੁਹਾਡੇ, ਸੋ ਜਿੰਨੇ ਵੀ ਮੇਰੇ ਵਰਗੇ ਅਨਹੈਲਦੀ ਖਾਣਾ ਚਾਹੁੰਦੇ ਹੋ ਤਾਂ ਲਾਈਕ ਮੈਨੂੰ ਸ਼ੇਅਰ ਕਰ ਦਿਓ, ਠੀਕ ਹੈ? ਅੰਸ਼ੂ ਮੈਂ ਕਹਿੰਦਾ ਲਾਲਾ ਲਾਲਾ ਕਰਾ ਕੇ ਰੱਖਦਾ ਹਰ ਟਾਈਮ, ਸਪਾਈਸੀ ਤੇ ਹੈਗਾ ਚੇ ਰਹਿਣਾ ਨਹੀਂ, ਉਹ ਸਪਾਈਸੀ ਪਹਿਲੇ ਹੀ ਕਰ ਰਿਹਾ ਹੈ। ਕੀ ਕਰਨ ਲੱਗਾ ਤੂੰ? ਇਹ ਕਿਹੜਾ ਹੈਗਾ ਮੇਰਾ ਖੋਫਨਾ? ਅੰਸ਼ੂ ਤੂੰ ਬਹੁਤ ਗਲਤ ਹੋ ਰਿਹਾ, ਤੈਨੂੰ ਪਤਾ ਵਾ ਕੀ ਕਰਤਾ ਪਿਆ? ਖੋਫਨਾ ਹੋਏ ਅੰਸ਼ੂ ਨਾ, ਉਹ ਤੁਹਾਡਾ ਭਲਾ ਹੋ ਜੇ। ਅੰਸ਼ੂ ਤੂੰ ਬੜਾ ਗਲਤ, ਅੰਸ਼ੂ ਤੂੰ ਸੱਚੀ। ਮੈਂ ਤੁਹਾਨੂੰ ਇੱਕ ਗੱਲ ਕਹਿਦਾ, ਇਹ ਨਿਊਡਲ ਨਾ ਟਰਾਈ ਕਰੀਏ, ਬਹੁਤ ਜ਼ਿਆਦਾ ਭੈੜੇ ਆ ਖਾਣ ਵਿੱਚ ਵੀ, ਉਦਾਂ ਵੀ ਖਾ, ਮਤਲਬ ਜਿਹੜੇ ਸਪਾਈਸ ਦੀ ਲਿਮਿਟ ਹੁੰਦੀ ਆ ਨਾ। ਚੀਜ਼ ਹੋਰ ਬਣਾ ਅੰਸ਼ੂ, ਤੂੰ ਤਾਂ ਲਾਲਾ ਲਾਲਾ ਕਰਾਈ ਪਈ। ਮਿੱਤਰੋ ਕਰੀਏ, ਕੀ ਹੋ ਗਿਆ ਸਮਾਨ ਪਿਆ ਲੈ, ਬੜਾ ਹੈਲਦੀ ਵੀ ਖਾਣਾ ਚਾਹੀਦਾ ਬਾਈ। ਅੰਸ਼ੂ ਇਹ ਕੀ ਕੁਛ ਕਰਦਾ ਪਿਆ, ਰੱਬ ਤੇਰਾ ਭਲਾ ਕਰੇ ਤੁਹਾਡੀ, ਫਿਰ ਪੈਰੀ ਪੈਰੀ ਗਾਈਜ਼ ਇੱਥੇ ਭਾਈ, ਇਹਨੂੰ ਮੇਰੇ ਲਈ ਨਾ ਬੇਕ ਕਰ ਦੋ, ਤੋ ਬੰਦ ਕਰ ਦੋ, ਐਨੀ ਕਰ ਦੋਗਾ ਮੇਰੇ ਲਈ। ਸੋ ਗਾਈਸ, ਮੈਂ ਤੁਹਾਨੂੰ ਬਸ ਇੰਨਾ ਕਹਾਂਗਾ ਕਿ ਇਹ ਚੀਜ਼ ਟਰਾਈ ਨਾ ਕਰਿਓ, ਇਹ ਬਹੁਤ ਹੀ ਖੌਫਨਾਕ, ਖਤਰਨਾਕ ਤੇ ਅਨਹੈਲਦੀ ਹੈ। ਮੈਂ ਤਾਂ ਇਹ ਸਲਾਹ ਦਵਾਂਗਾ, ਨਾ ਕਰਿਓ ਨਾ ਕਰਿਓ ਨਾ ਕਰਿਓ, ਸਪੈਸ਼ਲੀ ਜੋ ਮੇਰੇ ਬੱਚੇ ਲੋਕ ਦੇਖਦੇ ਆ, ਇਹ ਚੀਜ਼ ਟਰਾਈ ਨਾ ਕਰਿਓ ਜੋ ਮੈਂ ਕਰਨ ਲੱਗਾ, ਠੀਕ ਹੈ? ਮੇਰਾ ਮਨ ਕਰਦਾ ਪਿਆ ਇਹੀ, ਇਸ ਕਰਕੇ ਮੈਂ ਹੋ ਗਿਆ ਖੌਫਨਾਕ। ਸੋ ਤੁਸੀਂ ਇਹ ਚੀਜ਼ ਟਰਾਈ ਨਾ ਕਰਿਓ, ਬਈਆ ਮੇਰੇ ਲਈ ਬਣਾ ਲੱਗੇ ਆ, ਤੇ ਜਦੋਂ ਬੇਕ ਹੋ ਜਾਂਦਾ ਫਿਰ ਮੈਂ ਤੁਹਾਨੂੰ ਦੀ ਸ਼ਕਲ ਦਿਖਾਉਣਾ। ਸੋ ਗਾਈਸ, ਦੇਖੋ ਰੈਡੀ ਹੋ ਚੁੱਕੀ ਹੈ, ਇੱਦਾਂ ਦੀ ਕੁਛ ਲੁੱਕ ਆਉਣ ਡੀ ਇਹਦੀ, ਤੇ ਭਾਈ ਦਾ ਵੀ ਰੈਡੀ ਹੋ ਚੁੱਕਿਆ। ਮੈਂ ਵੈਜ ਵੈਜ ਚੁੱਪ ਚੁੱਪ ਕੀ ਚੁੱਪ 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 ਸੋ ਪਾਪੀ ਕਿੱਦਾਂ ਦਾ ਸੀ? ਵਧੀਆ। ਸੋ ਗਾਈਸ, ਆਪਾਂ ਖਾ ਪੀ ਲਈਏ, ਫਿਰ ਤੁਹਾਨੂੰ ਮਿਲਦੇ ਹਾਂ। ਜ਼ਹਿਰ 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 ਜ਼ਹਿਰ, ਇਹ ਟਰਾਈ ਨਾ ਕਰੀਓ।